ਟੈਂਪਰੂਮ ਦੇਈ ਦੂਈਆ ਖੂਹ ਕੱਢੀਏ ਫਿਰ ਚੱਲੇ ਹਾਂ। ਇੱਥੇ ਕੰਮ ਮੁੱਕਣੇ ਦਾ ਨਾਂ ਗੱਲ ਲੈਦਾ, ਇੱਕ ਜਾਂਦਾ ਦੁਖ ਆ ਜਾਂਦਾ, ਇੱਥੇ ਕਰੀ ਵੀ ਗਏ ਸਕਦੇ ਹਾਂ ਮਿੱਟੀ। ਤਾਂ ਬਾਈ ਕੰਮ ਖਤਮ ਕਰਕੇ ਤੋਂ ਆਏ, ਲੇਕਿਨ ਇੱਕ ਰਾਤ ਕੀ ਮਿਹਨਤ ਵੀ ਹੈ ਬਾਈ ਹਮਾਰੀ। ਚੱਲ ਪੰਪ ਉੱਪਰ ਚੱਲੇ ਹਾਂ ਕਿਉਂਕਿ ਇੱਥੇ ਕੰਮ ਮੁੱਕੀ ਹੈ ਸਾਡਾ, ਤੇਲ ਲੇਕਿਨ ਰੋ ਭਾਈ ਪਾਣੀ ਵੀ ਲਿਆ ਯਾਰ, ਪਾਣੀ ਵੀ ਅਸੀਂ ਬੀ ਵਾਲੀ ਬੋਤਲ ਲੈਤੀ ਬਾਈ ਸਪੈਸ਼ਲ, ਅੱਜ ਕੱਲ੍ਹ ਬਿਸਲਰੀ ਪੀਣੇ ਵਾਲੇ ਆ। ਆਏ ਮਾਏ ਫਿਲਹਾਲ ਤਾਂ ਹੁਣ ਕਰਨੇ ਆ ਅੱਗੇ ਜਿਹੜੇ ਕਾਰਵਾਈ। हेलो एवरीवन, गुड मॉर्निंग, वेलकम बैक अगेन टू न्यू व्लॉग। तो भाई पिछले व्लॉग में तुम लोगों ने देखा होगा हम लोग काम वगैरह लगे हुए थे, कभी तो अपनों ठेकेदार का करने के पड़ते, कभी अपने को लोकल। तो आज फिलहाल छुट्टी है क्योंकि आज है इलेक्शन के रिजल्ट का दिन, तो इसीलिए काम उनका बंद है। तो आज हम लोग कर रहे हैं ऐसे लोकल वगैरह। तो अभी फिलहाल धूप काफ़ी तेज़ है, कल हुई थी तगड़े तरीके से बारिश, जिसके बाद मौसम थोड़ा ठंडा रहा रात को, और सुबह वापस वही हाल है धूप से। अभी तो फिलहाल गर्मी काफ़ी ज़्यादा है, पानी वगैरह पिया और सामने जा रही है जेसीबी, एक कुआं निकालना है, निकला हुआ पहले उसको थोड़ा और गहरा करना है। और यहाँ पे आता नहीं नेटवर्क, जिसकी वजह से प्रॉब्लम क्रिएट्स हो रही है व्लॉग अपलोड करने में, तो अपलोड कर ही नहीं पा रहा यहाँ पे, टाइम टू टाइम एक दो दिन मिस होता ही होता है। ਭਾਈ ਆਉਂ ਬੈਠੇ ਆ ਜੰਗਲਾਂ ਜਾੜੇ ਵਿੱਚ, ਇੱਥੇ ਮਸ਼ੀਨ ਲਾਈ ਸਾਹਮਣੇ ਕਿਉਂਕਿ ਉੱਥੇ ਖੱਡਾ ਕੱਢਣਾ ਖੂਹ ਗਿਆ ਤਾ, ਖੂਹ ਦਾ ਪਹਿਲਾਂ ਨਿਕਲਿਆ ਤਾ, ਉੱਥੇ ਗਰਮੀ ਹੈ ਬੜੀ ਹੈ, ਬੋਲ ਕੇ ਕੱਢਿਆ ਇਸ ਗੱਲਾਂ ਛੋਰੇ ਬੈਠੇ ਆ ਸਾਰੇ, ਬਿਲਕੁਲ ਹੀ ਸੁਨਸਾਨ ਇਲਾਕੇ ਦੇ ਵਿੱਚ, ਠੰਡ ਲੱਗਿਆ ਥੋੜ੍ਹੀ ਬਾਈ, ਗਰਮੀ ਕੋਲ ਰਾਹਤ ਹੋਇਆ ਸੀ ਕਿਉਂਕਿ ਇਹ ਗਿੱਲੇ ਗੁੱਲੇ ਕਰੀਏ ਕੰਮ ਗਏ, ਚਲਾਈ ਵੀ ਸੁੱਕੀ ਹੈ ਗਿੱਲਾ ਕਰੀਏ ਆਇਆ ਮੈਂ। ਹੁਣ ਫਿਲਹਾਲ ਬੈਠਣੇ ਆ ਇੱਥੇ 10-15 ਮਿੰਟ, ਅੱਧਾ ਘੰਟਾ ਲੱਗਣਾ ਇੱਥੇ, ਉਹਦੇ ਬਾਅਦ ਚੱਲਣਾ ਹੈ ਬੰਬ ਲਿਆ ਤੇਲ ਤੁਲ ਪਵਾਉਣਾ ਫਿਰ ਜਾਣਾ ਠੀਕ ਅਗਲਾ ਕੰਮ। ਇਹ ਰੈਂਪ ਰੂਮ ਦੇਈ ਦੂਈ ਆ ਖੂਹ ਕੱਢੀਏ ਫਿਰ ਚੱਲੇ ਹਾਂ। ਇੱਥੇ ਕੰਮ ਖੱਜਲ ਹੋਗਾ ਤਾਂ ਮਸ਼ੀਨ ਤਰ੍ਹਾਂ ਸਾਰੀ ਪੈਸੇ ਟਿਕੜਾ ਹੈ, ਅਸੀਂ ਹੁਣ ਦੋਵੇਂ ਜਣੇ ਲੱਗੇ ਦੇ ਹਾਂ, ਮੇਰੇ ਭਾਈ ਬੱਲੇ ਬੱਲੇ ਕਮਰ। ਇੱਥੇ ਕੰਮ ਮੁੱਕਣੇ ਦਾ ਨਾਂ ਗੱਲ ਲਿਆਦਾ, ਇੱਕ ਜਾਂਦਾ ਦੁਖ ਆ ਜਾਂਦਾ, ਖਰਚਾ ਤੇ ਖਰਚਾ ਗਏ, ਉਪਰਾ ਗਰਮੀ ਉਪਰਾ ਏਸੀ ਸਾਡਾ ਗਰਮ ਹੋਵਾ ਜ਼ਿਆਦਾ, ਕਰੀ ਵੀ ਕਹਿ ਸਕਦੇ ਹਾਂ ਇੱਥੇ ਜਾਂ ਨਹੀਂ ਭਾਈ, ਸਹੀ ਗੱਲ ਨਹੀਂ ਭਾਈ, ਵਿਆਹ ਦਿਖਾਓ ਜਾਂ ਗਰਮੀ ਸੁੱਕੀ ਆ ਵਾਲੇ ਆਏ ਯਾਰ, ਇੰਨਾ ਤਗੜਾ ਹੁੰਦਾ ਰਿਹਾ ਪਿਛਲੇ ਵਾਰੀ ਜੰਮੂ ਜਿਲ੍ਹਾ ਇਹ, ਇੰਨਾ ਤਗੜਾ ਆ ਭਾਈ ਆ, ਹੁਣ ਇਹ ਲਿਸਾ ਹੋਈ ਆ ਭਲਿਆਂ ਗੇ। ਫਿਲਹਾਲ ਤਾਂ ਮਿੱਟੀ ਸਾਰੀ ਸਾਈਡ ਪਰ ਕਰਨੀ ਹੈ, ਉਹਦਾ ਬਾਅਦ ਦੇਖਣੇ ਆ ਇੱਥੇ ਪਾਕਟ ਬੂਟ ਸਭ ਚਿਕੜਾ ਬਰੋਚੀ ਵੀ ਹੈ। ਇਹ ਰਾਜਾ ਹੋਰ ਬੈਠੇ ਤੇ ਦੋ ਇੱਧਰ ਕੰਮ ਕੁੰਮ ਦਿਖਾਏ, ਪੂਰਾ ਸੈੱਟ ਨਹੀਂ ਉਹਦਾ, ਇੱਥੇ ਕਰੀ ਵੀ ਕਹਿ ਸਕਦੇ ਹਾਂ, ਮਿੱਟੀ ਉੱਪਰਾਂ ਗਿੱਲੀ ਮਿੱਟੀ ਥੱਲੇ। ਭਾਈ ਕੰਮ ਖਤਮ ਹੋਇਆ ਪਾਕਟ ਪੁਕਟ ਤੇ ਚਿਕੜੇ ਕਰਨੇ, ਭਰੋਸੀ ਦੀ ਅਸ ਵੀ ਥੋੜੇ ਬਹੁਤ ਫਿਲਹਾਲ, ਹੁਣ ਚੱਲਿਆ ਪੰਪ ਲੈ ਤੇਲ ਪਾਉਣਾ ਸਭ ਤੋਂ ਪਹਿਲੇ ਕਿਉਂਕਿ ਟੈਂਕੀ ਸਾਰੀ ਸੁੱਕੀ ਹੈ, ਤੇਲ ਪਵਾਈਏ ਫਿਰ ਅਗਲੇ ਕੰਮ ਉੱਪਰ ਜਾਣਾ ਕਿਉਂਕਿ ਪੈ ਲੈ ਕੇ ਨਹੀਂ ਹੈ। 3-4 ਫੋਨ ਆ ਜਾਂਦੇ ਨੇ, 3-4 ਕੰਮ ਨੇ, ਉਹ ਵੀ 3-4 ਘੰਟੇ ਦੇ ਗਏ, ਲੇਕਿਨ ਟਾਈਮ ਹੀ ਨਹੀਂ, ਇੱਕ ਜਗ੍ਹਾ ਫਸ ਜਾ ਉੱਥੋਂ ਆ ਨਹੀਂ ਨਿਕਲਣ ਆਉਂਦਾ, ਫਿਲਹਾਲ ਤਾਂ ਕਰਨੇ ਦੇ ਐਨ ਸਾਰੇ ਇਸ ਗੱਲਾਂ, ਨਿਕਲਣੇ ਹੁਣ ਪੰਪ ਲੈ ਤੇਲ ਪਵਾਉਣੇ ਆ ਪਹਿਲੇ, ਸਭ ਤੋਂ ਪਹਿਲਾ ਕੰਮ ਹੈ ਜਿਹੜਾ, ਫਿਰ ਉਹਦਾ ਬਾਅਦ ਅਗਲੇ ਕੰਮ। ਭਾਈ ਕੰਮ ਖਤਮ ਕਰਕੇ ਤੋਂ ਆਏ, ਲੇਕਿਨ ਇੱਕ ਰਾਤ ਕੀ ਮਿਹਨਤ ਵੀ ਹੈ ਬਾਈ ਹਮਾਰੀ, ਇਹ ਸਿਰਫ ਇੱਕ ਦਿਨ ਔਰ ਇੱਕ ਰਾਤ ਕਾ ਰੋਕੜਾ ਹੈ, ਜੋ ਕਿ ਕੱਲ੍ਹ ਕੇ ਦਿਨ ਹਮ ਲੋਕ ਨੇ ਕਮਾ ਦਿਆ, ਔਰ ਇਹ ਆਪਣਾ ਬਾਈ ਜੋ ਪੂਰੀ ਮਿਹਨਤ ਲਗਾ ਕੇ ਸ਼ਿੱਦਤ ਸੇ ਕੰਮ ਕਰਤਾ ਹੈ ਤਾਂਕਿ ਹਮੇਂ ਇਹ ਮਿਲ ਪਾਏ, ਜਿਸ ਪੇ ਬਾਪੂ ਗਾਂਧੀ ਐਸੇ ਟਕਲਾ ਹੋ ਕੇ ਬੈਠਾ ਹੋਇਆ ਹੈ। ਤੋ ਇਹ ਇੱਕ ਰਾਤ ਔਰ ਇੱਕ ਦਿਨ ਕੀ ਮਿਹਨਤ, ਇਤਨਾ ਹੈ ਕੰਮ ਅਭੀ ਵੀ ਬਹੁਤ ਹੈ, ਪਰ ਕਰਨੇ ਕੇ ਲਈ ਟਾਈਮ ਨਹੀਂ, ਬਸ ਦਿੱਕਤ ਹਮਾਰੇ ਸਾਥ ਯਹੀ ਹੈ। ਟੈਂਕੀ ਕੀਤੀ ਹੈ ਫੁੱਲ,
ਹੁਣ ਫਿਲਹਾਲ ਪੰਪ ਉੱਪਰ ਚੱਲ ਰਿਹਾ ਕਿਉਂਕਿ ਇੱਥੇ ਕੰਮ ਮੁੱਕੀ ਹੈ ਸਾਡਾ, ਤੇਲ ਪਵਾਈ ਉੜਿਆ, ਹੁਣ ਫਿਲਹਾਲ ਕੰਮ ਉੱਪਰ ਚੱਲਦੇ ਹਾਂ ਬਾਈ। ਗਰਮੀ ਹੈ ਵਧੀਆ ਪਵਾ ਦੀ, ਰੋਹ ਪੀਂਦੇ ਹਾਂ ਕੁਦੇ ਫਿਰ ਚੱਲ ਰਿਹਾ ਕੰਮ ਯਾਰ, ਕੰਮ ਤਾਂ ਕਰਦੇ ਰਹਿਣਾ ਅਸੀਂ। ਮੈਂ ਕਿਹਾ ਰੋਹ ਭਾਅ ਪਾਣੀ ਵੀ ਲੈ ਯਾਰ, ਪਾਣੀ ਵੀ ਅਸੀਂ ਬੀ ਵਾਲੀ ਬੋਤਲ ਲੈਤੀ ਬਾਈ ਸਪੈਸ਼ਲ, ਅੱਜ ਕੱਲ੍ਹ ਬਿਸਲਰੀ ਪੀਣੇ ਵਾਲੇ ਯਾਰ, ਥੋੜ੍ਹਾ ਕੁ ਪੀਆਂ ਪੂਰਾ ਨਹੀਂ ਪੀਆਂ, ਖੋਲੀਏ ਦੇ ਕੁੱਟ ਮਾਰ ਲੈਣੇ ਅਸੀਂ 20 ਰੁਪਏ ਦੀ ਲੈਤੀ ਹੈ। ਸੋ ਬਾਈ ਠੰਡੀ ਠੰਡੀ ਰੋਹ ਪੀਂਦੇ ਹਾਂ, ਹੁਣ ਚੱਲ ਲਿਆ ਪੀ ਪੂਈਆ ਆਪਣਾ ਮਸਤ ਕੰਮ ਯਾਰ, ਕੰਮ ਕਰਨੇ ਮਜ਼ਾ ਆਉਣਾ ਬਾਈ ਠੰਡੀ, ਇਹ ਮੁੱਛਾਂ ਲੱਗੀ ਦੀਆਂ ਸਾਫ਼ ਕਰੇ ਨਹੀਂ, ਉਹਦੇ ਲੱਗੀ ਦੀਆਂ ਬੱਟੀਆਂ, ਰੋਹ ਪੀ ਪੂਈਆ ਸੰਜੂ ਗਲਾਸ ਹੱਲ ਹੈ, ਇਹ ਆ ਸੜੀਕਾਂ ਦਾ ਹੁਣ ਇੱਕ ਇੱਕ ਕਰੀਏ ਵੀ ਨਿੱਕੇ ਨਿੱਕੇ ਵੀ, ਚੱਲ ਜਲਦੀ ਪੀਂਦੇ ਹਾਂ ਫਿਲਹਾਲ। ਬਾਈ ਪੂਜੀ ਦੇ ਗਿਆ ਇੱਥੇ ਇੱਕ ਜੱਪ ਖੋੜਿਆ, ਇੱਥੇ ਕੁੜੀ ਤੋਂ ਉਹਨੂੰ ਬਾਗਟ ਵੀ ਲਾਉਣੀ ਪਾਉਣੀ ਹੈ, ਮੋਏ ਮਾਂ ਜਾਣਾ ਸਿਰ ਸਿਆਪਾ ਕਿ ਬੜਾ ਹੈ ਕਾਹੇ ਪੇਦਾ, ਉੱਪਰਾ ਮਿੱਟੀ ਚਿਕੜਿਆ ਪੈ ਜੀ ਲੱਟੀ ਦੀ, ਇਹ ਬਾਗਟਰੀਆ ਬੋਈ ਬਰੋਈ ਲਾ ਕੇ ਨਾ ਲੱਭਾ ਦੇ, ਇਹ ਵੀ ਗੈਬ ਹੋਈ ਦੇ ਖਰਚਿਆ ਤੇ ਖਰਚਿਆ ਕੀ ਹੁਣ, 2 ਮਿੰਟ ਹੀ ਲੈਣਾ ਖੋੜਿਆ ਵੀ ਸਿੱਧੀ ਕਰਦਾ ਨਹੀਂ ਜਦ ਬਾਈ, ਸ਼ਾਮ ਦਾ ਟਾਈਮ 7:30 ਮੈਂ ਆਪ ਲੋਕ ਲੱਗੀ, ਮੈਂ ਵੀ ਕੰਮ ਨਾਲੀਆਂ ਨਿਕਾਲ ਲਈਆਂ ਬਾਈ, ਲੋਕ ਰਾਤ ਕਾ ਟਾਈਮ ਕਰੀਬ 9 ਵਜੇ ਹੈ, ਅਭੀ ਤੱਕ ਕੰਮ ਖਤਮ ਹੋਇਆ ਹੀ ਨਹੀਂ ਬਾਈ, ਆਪਣਾ ਸਾਹਮਣੇ ਲੱਗੀ ਜੇ ਸੀ ਵੀ, ਅਭੀ ਥੋੜ੍ਹੀ ਦੇਰ ਬਾਈ ਉਧਰ ਕਾਫੀ ਜ਼ਿਆਦਾ ਧੂਲ ਕੀ ਹੋਇਆ ਸੀ, ਕੱਪੜੇ ਵਗੈਰਾ ਮੇਰੇ ਕਾਲੇ ਥੇ ਪੂਰੇ ਚਿੱਟੇ ਹੋ ਰਹੇ ਥੇ, ਇਸ ਲਈ ਮੈਂ ਬਾਹਰ ਆ ਗਿਆ ਫਿਲਹਾਲ, ਤਾਂ ਬਾਈ ਕਰ ਰਹੇ ਹੈ ਯਹੀ, ਔਰ ਸਾਥ ਹੀ ਸਾਥ ਅੱਜ ਰਾਤ ਕੇ ਆਪਣੇ ਕੋ 2:30 ਵਜਨੇ ਵਾਲੇ ਹੈ ਜਹਾਂ ਤੱਕ ਮੇਰਾ ਆਈਡੀਆ ਹੈ, ਕਿਉਂਕਿ ਅਭੀ ਆਪਣੇ ਕੋ ਜਾਣਾ ਹੈ ਇੱਕ ਹੋਰ ਲੋਕੇਸ਼ਨ ਪੇ, ਵਹਾਂ ਪੇ ਵੀ ਇੱਕ ਗਾੜੀ ਫਸੀ ਹੋਈ ਹੈ, ਵੋ ਨਿਕਾਲਨੀ ਹੈ, ਅਭੀ ਯੇ ਭਰਨੀ ਹੈ ਯਹਾਂ ਲਾਸਟ ਉੱਪਰ ਤੱਕ, ਅਭੀ ਤੁਮ ਲੋਕ ਦਿਖ ਹੀ ਨਹੀਂ ਹੋ ਗਿਆ ਅੰਧੇਰਾ ਹੈ, ਜਿਸ ਕੀ ਵਜ੍ਹਾ ਸੇ ਯੇ ਸਾਰਾ ਕਰਕੇ ਫਿਰ ਹੀ ਹਮ ਲੋਕ ਜਾ ਪਾਏਂਗੇ, ਔਰ ਉਸਕੇ ਬਾਅਦ ਵੋ ਗਾੜੀ ਨਿਕਾਲੇਂਗੇ, ਫਿਰ ਜਾ ਕੇ ਘਰ ਪੇ ਜਾਏਂਗੇ, ਔਰ ਫਿਰ ਸੋ ਕੇ ਸੁਬਹ ਵਾਪਿਸ ਨਿਕਲ ਜਾਏਂਗੇ, ਕਾਫੀ ਜ਼ਿਆਦਾ ਕੰਮ ਆ ਗਿਆ ਬਾਈ, ਲੋਕ ਕਰੇ ਗਿਆ ਤਾਂ ਕਰੇ ਗਿਆ, ਸਮਝ ਨਹੀਂ ਆ ਰਹੀ ਬਾਈ, ਰਾਤ ਕਰੋ ਆਏ ਹਮ ਲੋਕ, ਔਰ ਇਹ ਕੁਛ ਐਸਾ ਸੁਨਸਾਨ ਏਰੀਆ ਮੇਂ ਹਮ ਲੋਕ ਜਾ ਰਹੇ ਹੈ ਰਾਤ ਕੋ ਵੋ ਵੀ, ਔਰ ਪਾਣੀ ਕਿਹੜੇ ਕਿਹੜੇ ਖੜੇ ਦੰਦੇ ਹੈ ਜੈਸੇ ਢਲਨੇ ਪੜ ਰਹੇ ਹੈ ਹਮੇ, ਉਹ ਵੀ ਮਸ਼ੀਨ ਮੇਂ ਬੈਠ ਕੇ ਦੰਦੇ ਢਲਨੇ ਪੜ ਰਹੇ ਹੈ ਗਾਈਸ, ਇੱਧਰ ਅੱਗ ਲੱਗੀ ਤੀ ਪੂਰਾ ਏਰੀਆ ਲੰਮ ਲੇਟ ਹੋ ਗਿਆ ਹੈ, ਅਜੇ ਸਾਡਾ ਭਾਈਆ ਵੀ ਪੂਰਾ ਸਰੂਰੇ ਵਿੱਚ ਹਲੇ, ਭਾਈਆ ਮਰਾ ਦਾ ਭਾਈ ਆਵਾ ਦੀ ਨੀਂਦਰ ਆਉਂ ਵੀ ਇੰਨਾ ਵਧੀਆ ਹੋਈਦਾ ਹਲੇ, ਕਰੀ ਕੇ ਸਾਣੇ ਆ ਕੰਮ ਗਏ ਬਣਾ ਭਾਈਆ, ਹੱਥ ਦਿਖੀ ਲਓ ਤਾਂ ਕਾਲੇ ਹੋਈਦੇ ਨੇ ਸਾਰੇ ਮੇਰੇ ਦੇ ਭਾਈਆ ਦੇ, ਕੰਮ ਕਿਉਂ ਕਹਿੰਦੇ ਨੇ ਸਾਡੇ ਕੋਲ, ਇਹ ਦੇਖੋ ਛੁੜੀ ਦੀ ਉੱਪਰ ਬਹਾਈਆ ਰੇਲ ਬਣਾਈਆ ਦੰਦਦਾ ਨਹੀਂ, ਕੋਈ ਪਤਾ ਨਹੀਂ ਕਿੱਥੇ ਜਾ ਰਹੇ ਆ, ਆਏ ਮਾਏ ਫਿਲਹਾਲ ਤਾਂ ਹੁਣ ਕਰਨੇ ਆ ਅੱਗੇ ਜਿਹੜੀ ਕਾਰਵਾਈ ਅਸੀਂ ਮਿਲਦੇ ਹਾਂ, ਲੱਛਣ ਦੇਖੀ ਸਕਦਾ ਜੀ ਸਾਰਾ ਭਾਈਆ ਲਾਈਟ ਤੁਹਾਨੂੰ ਪਿਛਲੇ ਵੀ ਲਾਈ ਟੈਂਪਰ ਤੇ ਫਸੀ ਗਿਆ ਹੁਣ ਕਰਨਾ ਅੱਗੇ ਕੱਢਣਾ ਤੇ ਹੈ ਨਹੀਂ, ਇਹ ਭੈਣ ਤੋਂ ਦੰਦੇ ਕਦੋਂ ਲੋਕੇ ਲੋਕੇ ਨਹੀਂ ਇੱਥੇ ਸਾਲੇ ਭਾਈਆ, ਇਹ ਜੰਗਲ ਪੂਰਾ ਜਲੀਏ ਤਾਂ ਉਹ ਤੋਂ ਦੇਖਿਆ, ਇੱਧਰ ਅੱਗ ਲੱਗ ਗਈ ਸੀ ਨਾ ਗਾਈ ਸੀ, ਤਾਂ ਠੀਕ ਹੈ ਫਿਰ ਅੱਗੇ ਮਿਸ਼ਨ ਉੱਪਰ ਮਿਲ ਲਿਆ ਤੁਸੀਂ, ਕਿਉਂਕਿ ਇੱਥੇ ਸਾਰਾ ਲੱਛਣ ਥੋੜ੍ਹੇ ਖਰਾਬ ਹਨ, ਆਹੋ ਆਹੋ ਭਾਈ ਇਹ ਨੀਂਦਰ ਦੇਖੋ ਅੱਖੀ ਚੜ੍ਹੀ ਦੀ ਹੈ, ਚਾਹੇ ਤਾਂ ਕਸ਼ ਮਾਰੀ ਆਇਆ ਪਹਿਲੇ ਗੱਡੀ ਦੀ ਹਾਲਤ ਨਹੀਂ ਪੁੱਛਿਆ ਕਿ ਦੰਦਿਆ ਥੱਲੇ ਢੱਲੇ ਵਾਲੀ ਹੈ, ਬਸ ਥੋੜ੍ਹਾ ਨਿਆ ਫਰਕ ਰਹੀਦਾ ਨਹੀਂ, ਜਦ ਮੇਰੇ ਭਾਈਆ ਪੁੱਜੀਆਂ ਟਾਈਮ ਸਿਰ ਨਹੀਂ ਦੇਖੋ ਆਂਡ ਹੋਈ ਜਾਏ ਅੱਜ ਲਮਕੀ ਹੋ ਗੁੱਥਿਆ ਵਿੱਚ ਕ੍ਰੈਸ਼ਰ ਦੀ ਬਜਰੀ ਥੱਲੇ ਦੰਦਾ ਅਤੇ ਤਾਂ ਅੱਗੇ ਬਾਗਟ ਲਾਈ ਦੀ ਭਾਈ ਨੇ, ਹੁਣ ਦੇਖਦੇ ਹਾਂ ਕੀ ਬਣਦਾ ਵੀ ਭਾਈਆ, ਨਿਕਲੋ ਅੱਗੇ ਲੱਗਾ ਘੱਸਰ ਚੁੱਕੀ ਬਾਹਰ ਕੱਢੂ ਨਹੀਂ ਹੈ ਨੀ ਟਾਈਮ ਉਹਦਾ, ਇੰਡੀਆ ਖਲਾ ਇੱਕ ਇੱਕ ਹੁਣ ਮੂੰਹੇ ਦਿਨਾਂ ਦੇ ਰਹੀ ਮੈਂ ਵੱਡੇ ਵਾਰੇ ਭੁੱਖੇ ਨਹੀਂ ਦਵਾਂ ਜਾਣੇ, ਕੋਈ ਪਤਾ ਨਹੀਂ ਰੋਟੀ ਖਾਣੀ ਹੈ ਫਿਲਹਾਲ ਦੇ, ਰੋਟੀ ਰੁਟੀ ਤਾਂ ਪਈ ਦੀ ਕੋਈ ਪਤਾ ਵੀ ਨਹੀਂ ਅਸੀਂ ਖਾਣੀ ਵੀ ਹੈ ਪਿੰਡੀਆਂ ਪੁੰਡੀਆਂ, ਹੁਣ ਭਾਈ ਇਹ ਗ੍ਰਾਹ ਦੇਣੇ ਪਾਉਣੇ ਮੂੰਗੇ, ਉਹ ਮੀਂਹ ਸਵਾਦ ਲੱਗੀ ਜਾਣਾ ਵੀ ਨੀਂਦਰ ਲਗਾ ਜੀ, ਟਾਈਮ ਬਾਈ ਫੋਨ ਦੱਸੋ ਆਪਣਾ ਕਿੱਥੇ ਹੈ ਦੇਖੋ ਭਾਈ, ਟਾਈਮ ਹੋ ਗਿਆ 12:30 ਵਜੀ, ਇਹ ਕੀ ਬਣਿਆ ਜੀ ਭਾਈ, ਰਾਤ ਦਾ ਟਾਈਮ ਵਜਿਆ 2 ਫਾਈਨਲੀ ਜਾ ਕੇ
ਟਿੱਪਰ ਵੀ ਨਿਕਲ ਗਿਆ ਔਰ ਮੈਂ ਕਾਮ ਵੀ ਹੋ ਜਾਵਾਂ ਫਿਰ ਤਾਂ ਟਿੱਪਰ ਨੂੰ ਨਿਕਾਲ ਲੇਗਾ ਪੂਰਾ। ਅਬ ਜੋ ਹੈ ਵਾਪਿਸ ਜਾ ਰਹੇ ਘਰ ਪੇ, 3:30 ਵਜੇ ਪਹੁੰਚੇਗੇ ਤਬ ਜਾ ਕੇ ਸੋਏਗੇ, ਸਿਰਫ 2 ਘੰਟੇ ਸੋ ਕੇ ਫਿਰ ਕੰਮ ਪੇ ਨਿਕਲਣਾ ਹੈ ਮੇਰੇ ਕੋਲ। ਤੋ ਭਾਈ ਪਿਛਲੇ ਵਲੌਗ ਮੈਂ ਤੁਮ ਲੋਕੋ ਨੇ ਦੇਖਾ ਹੋਗਾ ਕਿ ਕਾਫੀ ਜ਼ਿਆਦਾ ਲੇਟ ਹਮ ਲੋਕ ਘਰ ਪੇ ਪਹੁੰਚੇ ਥੇ 3 ਵਜੇ, ਤੋ ਯੇ ਕੱਲ ਕਾ ਵਲੌਗ ਇਸਕੋ ਯਹੀਂ ਪੇ ਕਰਤੇ ਹੈ ਐਂਡ। ਆਈ ਹੋਪ ਤੁਮ ਲੋਕ ਕੋ ਵਲੌਗ ਪਸੰਦ ਆਏਗਾ, ਪਸੰਦ ਤੋ ਲਾਈਕ ਕਰ ਦੇਣਾ ਐਂਡ ਚੈਨਲ ਪੇ ਨਹੀਂ ਤੋ ਕਰ ਦੇਣਾ ਚੈਨਲ ਕੋ ਸਬਸਕ੍ਰਾਈਬ। ਕੱਲ ਮਿਲਤੇ ਹੈ ਨਈ ਵੀਡੀਓ ਕੇ ਸਾਥ, ਲੋਟਸ ਆਫ ਲਵ, ਟੇਕ ਕੇਅਰ, ਟਿਲ ਦੈਨ ਥੈਂਕ ਯੂ ਸੋ ਮਚ ਵਾਚਿੰਗ, ਬਾਏ।